ਤਨ ਤਨ ਰਾਮਦਾਸ ਗੁਰੁ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਅਬ ਸਿਰਜਨ ਹਾਰੇ ਤਾਰਿਆ ਤਨ ਤਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਚ ਵੱਡੇ ਪੱਧਰ ਤੇ ਸੰਗਤਾਂ ਜਿੱਥੇ ਤੁਸੀਂ ਵੇਖ ਰਹੇ ਹੋ ਕਿ ਲੱਖਾਂ ਦੀ ਤਦਾਦ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਦੀਆਂ ਅਸੀਸਾਂ ਲੈ ਰਹੀਆਂ ਨੇ ਅੱਜ ਜਿਸ ਤਰੀਕੇ ਨਾਲ ਅਲੌਕਿਕ ਨਜ਼ਾਰਾ ਆਤਿਸ਼ਬਾਜ਼ੀ ਦਾ ਮਿਲਿਆ ਲੋਕਾਂ ਨੇ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਿਆ ਜਿਸ ਤਰੀਕੇ ਨਾਲ ਸੰਗਤਾਂ ਪਹੁੰਚ ਰਹੀਆਂ ਨੇ ਜੇ ਬਾਹਰ ਦੀ ਗੱਲ ਕਰੀਏ ਤੇ ਬਾਹਰ ਵੀ ਜਿਹੜੀ ਇੱਥੇ ਲਾਈਟਿੰਗ ਦਾ ਨਜ਼ਾਰਾ ਇੱਕ ਮਿਲ ਰਿਹਾ ਕਿ ਬਾਹਰ ਡਿਊਟੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਹਰ ਕੀ ਡਿਊਟੀ ਤੋਂ ਬਾਹਰ ਜਿਹੜੀ ਆਪਣੀ ਗੈਲਰੀ ਬਣੀ ਉਹਦੇ ਵਿੱਚ ਲਗਾਤਾਰ ਲਾਈਟਾਂ ਦਾ ਇੱਕ ਅਲੌਕਿਕ ਨਜ਼ਾਰਾ ਦੇਖ ਰਿਹਾ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਸੰਗਤਾਂ ਇਸ ਵਾਰ ਇਹ ਲੇਜ਼ਰ ਲਾਈਟਾਂ ਚੱਲ ਰਹੀਆਂ ਨੇ ਲਗਾਤਾਰ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਆਨੰਦ ਮਾਣਦੀਆਂ ਨਜ਼ਰ ਆਉਂਦੀਆਂ ਨੇ ਇਸ ਚੀਜ਼ ਦਾ ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਨੇ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਪਹੁੰਚੇ ਹੋ ਅੱਜ ਦਰਸ਼ਨ ਕੀਤੇ ਆ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਪੁਰਬਾਂ ਦੇ ਕੀ ਕਹਿਣਾ ਬਹੁਤ ਵਧੀਆ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ ਐਸਜੀਪੀਸੀ ਮੈਨੂੰ ਪਹਿਲੀ ਵਾਰੀ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲੀ ਵਾਰੀ ਉਪਰਾਲਾ ਕੀਤਾ ਗਿਆ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਲੇਜ਼ਰ ਲਾਈਟ ਜਿਹਦਾ ਕੰਪਲੈਕਸ ਦੇ ਬਾਹਰ ਪਲਾਜ਼ਾ ਦੇ ਬਾਹਰ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਉੱਤੇ ਵੱਜ ਰਹੀਆਂ ਨੇ ਬਹੁਤ ਸੋਹਣਾ ਲੱਗ ਰਿਹਾ ਮਨਮੋਹਕ ਦ੍ਰਿਸ਼ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਗੁਰੂ ਸਾਹਿਬ ਜੀ ਦਾ ਜਨਮ 24 ਸਤੰਬਰ 1534 ਚੁੰਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ ਇੱਥੇ ਵੀ ਮਨਾ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ 'ਚ ਮਨਾ ਰਹੀਆਂ ਨੇ ਸਤਿਗੁਰੂ ਜੀ ਦੀ ਵਡਿਆਈ ਕਹਿਣ ਕਥਨ ਤੋਂ ਬਾਰੀ ਹੈ ਨਾਨਕ ਗੁਰੂ ਕੀ ਜੋਤ ਚੌਥੇ ਗੁਰੂ ਰਾਮਦਾਸ ਹੋਵਨ ਨੇ ਆਪ ਜੀ ਦੀ ਉਸਤਤ ਬਿਆਨ ਹੈ ਨੈਣਾ ਵਾਲੀ ਮਸਤੀ 'ਚ ਨਿਮਰਤਾ ਨਜ਼ਰ ਆਵੇ ਪਰ ਉਪਕਾਰਾਂ ਵੱਲ ਸਦਾ ਹੀ ਖਿਆਲ ਹੈ ਅੰਮ੍ਰਿਤਸਰ ਜਿਹੜਾ ਨਗਰ ਵਸਾਇਆ ਤੁਸਾਂ ਉਹ ਦੁਨੀਆਂ ਦੇ ਨਕਸ਼ੇ 'ਚ ਉੱਚੀ ਉਹਦੀ ਸ਼ਾਨ ਹੈ ਆਖੇ ਸੁਖਜੀਤ ਉਹਦੀ ਹਰ ਆਸ ਪੂਰੀ ਹੋ ਜੇ ਚੱਲ ਕੇ ਜੋ ਤਰ ਤੇਰੇ ਆਉਂਦਾ ਇਨਸਾਨ ਅੰਮ੍ਰਿਤ ਛਕੋ ਸਿੰਘ ਸੋਹੀ ਗੁਰੂ ਵਾਲੇ ਪਵੋ ਚੜ੍ਹਦੀ ਕਲਾ ਵਿੱਚ ਰਹੋ ਗੱਜ ਗਜਕਾਰਾ ਬੁਲਾਵੇ ਨੇ ਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਾਡੇ ਨਾਲ ਹੋਰ ਵੀ ਸੰਗਤਾਂ ਮੌਜੂਦ ਨੇ ਹਾਂਜੀ ਬੇਟਾ ਕੀ ਨਾਮ ਹੈ ਮੇਰਾ ਨਾਮ ਸੁਖਮਨਪ੍ਰੀਤ ਕੌਰ ਹੈ ਜੀ ਅੱਜ ਗੁਰੂ ਸਾਹਿਬ ਦੇ ਘਰ ਆਏ ਹੋ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਪਹੁੰਚੇ ਹੋ ਆਨੰਦ ਮਾਣਿਆ ਕਿਸ ਤਰੀਕੇ ਦਾ ਪਹਿਲਾਂ ਤਾਂ ਆਪ ਸਭ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਅੱਜ ਆਏ ਹਾਂ ਦੀਪਮਾਲਾ ਵੇਖ ਕੇ ਸੰਗਤਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਵੇਖ ਕੇ ਬਹੁਤ ਹੀ ਵਧੀਆ ਲੱਗਾ ਇਸ ਦੇ ਨਾਲ ਹੀ ਆਤਿਸ਼ਬਾਜ਼ੀ ਦਾ ਨਜ਼ਾਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਹੋਰ ਵੀ ਵਧੀਆ ਸੀ ਤੇ ਇੱਕ ਅਲੱਗ ਚੀਜ਼ ਜੋ ਕਿ ਸਾਨੂੰ ਲਾਈਟਨਿੰਗ ਵੇਖਣ ਨੂੰ ਮਿਲ ਰਹੀ ਹੈ ਤੇ ਬਹੁਤ ਹੀ ਵਧੀਆ ਇੱਥੋਂ ਦਾ ਮਾਹੌਲ ਹੈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੰਗਤਾਂ ਦੇ ਦਰਸ਼ਨ ਕੀਤੇ ਨੇ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਿਆ ਜੀ ਆਤਿਸ਼ਬਾਜ਼ੀ ਦਾ ਨਜ਼ਾਰਾ ਕਿਸ ਤਰੀਕੇ ਦਾ ਸੀਗਾ ਜੀ ਆਤਿਸ਼ਬਾਜ਼ੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਰ ਇਸ ਵਾਰ ਹੋਰ ਵੀ ਵਧੀਆ ਸੀ ਜਿਸ ਤਰ੍ਹਾਂ ਸੰਗਤ ਸਾਰੀ ਬਹੁਤ ਆਨੰਦ ਮਾਣਿਆ ਆਤਿਸ਼ਬਾਜ਼ੀ ਬਹੁਤ ਹੀ ਜ਼ਬਰਦਸਤ ਹੋਈ ਬਹੁਤ ਹੀ ਵਧੀਆ ਲੱਗਾ ਹਾਂਜੀ ਭਾਈ ਕੀ ਨਾਮ ਜੀ ਮੇਰਾ ਨਾਮ ਸੁਖਬੀਰ ਸਿੰਘ ਹੈ ਮੈਂ ਜਮਸ਼ੇਦਪੁਰ ਝਾਰਖੰਡ ਤੋਂ ਆਇਆ ਵਾਂ ਤੇ ਹਰ ਸਾਲ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਨਤਮਸਤਕ ਹੋਈਦਾ ਤੇ ਤੁਹਾਡੀ ਰਾਹੀਂ ਮੈਂ ਸਾਰੇ ਸਿੱਖ ਸਮਾਜ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਦਿੰਦਾ ਵਾਂ ਤੇ ਇੱਥੇ ਅੱਜ ਬੜੇ ਸਾਲਾਂ ਤੋਂ ਇੱਥੇ ਆਉਂਦੇ ਹਾਂ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਇੱਥੇ ਮਨਾਈਦਾ ਹੈ ਇਤਨੀ ਦੂਰੋਂ ਚੱਲ ਕੇ ਬਸ ਇਹੀ ਤੁਹਾਡੇ ਰਾਹੀਂ ਇਹੀ ਬੋਲਣਾ ਚਾਹੂੰਗਾ ਕਿ ਸਾਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੇ ਇੱਥੇ ਅਸੀਂ ਨਾ ਨਹੀਂ ਆਉਂਦੇ ਹਾਂ ਤੇ ਸਾਨੂੰ ਲੱਗਦਾ ਕਿ ਕੋਈ ਚੀਜ਼ ਸਾਡੇ ਤੋਂ ਦੂਰ ਹੋ ਰਹੀ ਹੈ ਨਤਮਸਤਕ ਹੋਏ ਹੋ ਅਰਦਾਸ ਵੀ ਕੀਤੀ ਹੈ ਪ੍ਰਮਾਤਮਾ ਕੋਲ ਹਾਂਜੀ ਹਾਂਜੀ ਅਰਦਾਸ ਵੀ ਕੀਤੀ ਹੈ ਸਵੇਰੇ ਅੱਜ ਸਵੇਰੇ 3:30 ਵਜੇ ਲਾਈਨ ਤੇ ਲੱਗੇ ਸੀ ਤੇ 7 ਵਜੇ ਪਹਿਲੀ ਅਰਦਾਸ 'ਚ ਸ਼ਾਮਿਲ ਵੀ ਹੋਏ ਹਾਂ ਤੇ ਜਲੌਂ ਸਾਹਿਬ ਵੀ ਦੇਖੇ ਹੈ ਸਭ ਕੁਝ ਦੇਖਿਆ ਅੱਜ ਉਹਨੇ ਆਤਿਸ਼ਬਾਜ਼ੀ ਸਭ ਬਹੁਤ ਦਿਲ ਨੂੰ ਇੱਕ ਸਕੂਨ ਜਿਹਾ ਮਹਿਸੂਸ ਹੁੰਦਾ ਹੈ ਇੱਥੇ ਇਹ ਰੂਹਾਨੀਅਤ ਦਾ ਕੇਂਦਰ ਆਖਿਆ ਜਾਂਦਾ ਬਹੁਤ ਇੱਕਦਮ ਅੱਜ ਸਕੂਨ ਇਸ ਤਰ੍ਹਾਂ ਲੱਗ ਰਿਹਾ ਕਿ ਅੱਜ ਸਭ ਕੁਝ ਅਸੀਂ ਪਾ ਲਿਆ ਬਿਲਕੁਲ ਸਾਡੇ ਨਾਲ ਹੋਰ ਵੀ ਕੁਝ ਭੈਣ ਜੀ ਮੌਜੂਦ ਨੇ ਅੱਜ ਭੈਣ ਜੀ ਕਿੱਥੋਂ ਆਏ ਜੀ ਮੈਂ ਅਹਿਮਦਾਬਾਦ 'ਚ ਆਈ ਹੂੰ ਅੱਜ ਤੁਸੀਂ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਿਆ ਕਿਸ ਤਰੀਕੇ ਦਾ ਲੋਕ ਨਜ਼ਾਰਾ ਸੀ ਆਤਿਸ਼ਬਾਜ਼ੀ ਦਾ ਨਜ਼ਾਰਾ ਆਪ ਦੇਖਤੇ ਐਸੇ ਲੋਗੋਗੇ ਆਪ ਸਵਰਗ ਮੇਂ ਬੈਠੇ ਹੋ ਬਾਬਾ ਜੀ ਕੀ ਇਤਨੀ ਕਿਰਪਾ ਹੋ ਗਈ ਕਿ ਸੁਬਹ ਸੇ ਹਮਨੇ ਦਰਸ਼ਨ ਕੀਏ ਔਰ ਆਪ ਸਵਰਗ ਮੇਂ ਬੈਠ ਕੇ ਔਰ ਬਾਬਾ ਜੀ ਕੇ ਦਰਸ਼ਨ ਕਰ ਰਹੇ ਹੋ ਬਸ ਇੱਕ ਸਵਰਗ ਜੈਸਾ ਲੱਗ ਰਿਹਾ ਹਮੇ ਬਿਲਕੁਲ ਪਰਮਾਤਮਾ ਕੇ ਪਾਸ ਕੀ ਅਰਦਾਸ ਕੀ ਆ ਜ ਆਪ ਪਹੁੰਚੇ ਯਹਾਂ ਸੇ ਬਸ ਮੇਰੇ ਬੱਚੋ ਕੀ ਅਰਦਾਸ ਕਰੀ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਸੰਗਤਾਂ ਵੱਡੇ ਪੱਧਰ ਤੇ ਨਤਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਦੀਆਂ ਅਸੀਸਾਂ ਲੈ ਰਹੀਆਂ ਨੇ ਜਿੱਥੇ ਤੁਸੀਂ ਵੇਖਿਆ ਕਿ ਐਸਜੀਪੀਸੀ ਵੱਲੋਂ ਵੀ ਇਸ ਵਾਰੀ ਉਪਰਾਲਾ ਕੀਤਾ ਗਿਆ ਕਿ ਇੱਕ ਲੇਜ਼ਰ ਲਾਈਟਾਂ ਲਗਾਈਆਂ ਗਈਆਂ ਨੇ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਨੇ ਆਣ ਕੇ ਲੇਜ਼ਰ ਲਾਈਟਾਂ ਦਾ ਵੀ ਨਜ਼ਾਰਾ ਵੇਖ ਰਹੀਆਂ ਨੇ ਗੁਰੂ ਸਾਹਿਬ ਦੀ ਅਸੀਸਾਂ ਲੈ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਤੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਰਹੀਆਂ ਨੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅੰਮ੍ਰਿਤਸਰ ਤੋਂ ਜਗਜੀਤ ਸਿੰਘ ਦੀ ਰਿਪੋਰਟ